ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਆਟੋਮੋਬਾਈਲ ਮਕੈਨੀਕਲ ਗਿਆ। ਤਾਂ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ। ਤੁਸੀਂ ਥੰਬਨੇਲ 'ਚ ਦੇਖਿਆ ਕਿ ਆਪਣੀ ਜੋ ਵੈਂਚ ਮਸ਼ੀਨ ਆ ਉਹ 'ਚ ਪ੍ਰੋਬਲਮ ਆ ਗਈ ਆ, ਬ੍ਰੇਕਡਾਊਨ ਹੋ ਗਈ ਆ। ਅਤੇ ਆਪਾਂ ਜਦੋਂ ਆਪਾਂ ਇਹਦਾ ਲੀਵਰ ਲਾਉਂਦੇ ਹਾਂ ਤਾਂ ਵਰਕ ਨਹੀਂ ਕਰਦੀ। ਤੁਸੀਂ ਪਾਈਪਾਂ ਦੇਖ ਰਹੇ ਹੋ, ਪਾਈਪਾਂ ਤੋਂ ਤੁਹਾਨੂੰ ਪਤਾ ਲੱਗਦਾ ਕਿ ਰਾਊਂਡ ਨਹੀਂ ਹੁੰਦੀ ਵੈਂਚ, ਜਾਮ ਹੋ ਗਈ ਆ। ਅਤੇ ਨਾ ਆਪਣੀ ਚੈਨ ਕੋਪੀ ਨੀਚੇ ਆਉਂਦੀ ਆ, ਨਾ ਆਪਣਾ ਅਪ ਹੁੰਦੀ ਆ, ਨਾ ਡਾਊਨ ਹੁੰਦੀ ਆ। ਤਾਂ ਇਹਦੇ 'ਚ ਜੋ ਪ੍ਰੋਬਲਮ ਆ ਗਈ ਆ ਤਾਂ ਅਸੀਂ ਚੈੱਕ ਕਰਾਂਗੇ। ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸਾਡੇ ਚੈਨਲ 'ਤੇ ਤੁਹਾਨੂੰ JCB ਦੀਆਂ ਔਰ ਕਰੇਨਾਂ ਦੀਆਂ, ਟਰੈਕਟਰ ਦੀਆਂ, ਪੇਲ ਦੀਆਂ, ਹਰ ਤਰ੍ਹਾਂ ਦੀਆਂ ਵੀਡੀਓ ਮਿਲਦੀਆਂ ਨੇ। ਤਾਂ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ, ਅਸੀਂ ਤੁਹਾਨੂੰ ਦੁਬਾਰਾ ਫਿਰ ਦਿਖਾਵਾਂਗੇ ਜਿਹੜੀ ਬੈਂਚ 'ਚ ਪ੍ਰੋਬਲਮ ਆ। ਤੁਸੀਂ ਪਾਈਪਾਂ ਕੰਨੀ ਗੌਰ ਕਰਿਓ, ਦੇਖੋ ਬੈਂਚ ਦਾ ਆਪਾਂ ਲੀਵਰ ਲਗਾਉਣਾ, ਬੈਂਚ ਇੱਕ ਜਗ੍ਹਾ ਖੜੀ ਆ ਤਾਂ ਜਾਮ ਹੋ ਗਈ ਆ। ਤਾਂ ਹੁਣ ਅਸੀਂ ਵੀਡੀਓ ਸਟਾਰਟ ਕਰਾਂਗੇ, ਦੇਖਾਂਗੇ ਕੀ ਹੋਇਆ ਇਹਨੂੰ। ਪਹਿਲਾਂ ਅਸੀਂ ਇਹਦੇ ਜੋ ਪਾਈਪ ਕਨੈਕਸ਼ਨ ਨੇ ਉਹ ਖੋਲਾਂਗੇ। ਤੋ ਦੋ ਸਪਲਾਈਆਂ ਮੇਨ ਹੁੰਦੀਆਂ ਨੇ ਅਤੇ ਉਸ ਤੋਂ ਬਾਅਦ ਇੱਕ ਵਾਪਸੀ ਹੁੰਦੀ ਆ ਅਤੇ ਤਿੰਨ ਕਨੈਕਸ਼ਨ ਹੁੰਦੇ ਇਹਨੂੰ, ਪਾਈਪ ਕਨੈਕਸ਼ਨ ਤਿੰਨੋਂ ਆਪਾਂ ਨੇ ਖੋਲ ਦੇਣਾ। ਉਸ ਤੋਂ ਬਾਅਦ ਆਪਾਂ ਇਹਦੀ ਜੋ ਬੈਂਚ ਮੋਟਰ ਹੈ ਤੋ ਇਹ ਆਪਾਂ ਇਹਦੇ ਚਾਰੋਂ ਬੋਲਟ 17 ਨੰਬਰ ਦੇ ਨੇ, ਬੈਂਚ ਮੋਟਰ ਦੇ ਉਹ ਖੋਲ ਦੇਣੇ ਆ। ਇੱਕ ਤੁਸੀਂ ਧਿਆਨ ਦਿਓ, ਇੱਥੇ ਜੁਆਇੰਟ ਪਾਈਪ ਲੱਗੀ ਆ 19 ਨੰਬਰ ਦੇ ਬੈਂਚ ਵਾਲੀ, ਇਹ ਵੀ ਤੁਸੀਂ ਇੱਕ ਸਾਈਡ ਤੋਂ ਖੋਲ ਦੇਣੀ ਆ, ਚਾਹੇ ਬੈਂਚ ਮੋਟਰ ਵਾਲੇ ਪਾਸਿਓਂ ਖੋਲ ਦਿਓ, ਚਾਹੇ ਆਪਣੀ ਰੇਲੀ ਵਾਲੇ ਪਾਸਿਓਂ। ਅਤੇ ਉਸ ਤੋਂ ਬਾਅਦ ਆਪਾਂ ਇਹਦੀ ਮੋਟਰ ਹੈ ਜੋ ਨੀਚੇ ਉਤਾਰ ਲੈਣੀ ਆ। ਅਤੇ ਇਹਦਾ ਥੋੜ੍ਹਾ ਵਜ਼ਨ ਜ਼ਿਆਦਾ ਹੁੰਦਾ ਬੈਂਚ ਮੋਟਰ ਦਾ। ਦੋਸਤੋ ਹੁਣ ਆਪਾਂ ਇਹਦੇ ਪਾਈਪ ਕਨੈਕਸ਼ਨ ਕਰਕੇ ਆਪਾਂ ਪਹਿਲਾਂ ਇਹਦੀ ਜੋ ਮੋਟਰ ਹੈ ਉਹ ਚੈੱਕ ਕਰਨੀ ਆ ਤਾਂ ਕਿ ਆਪਣੀ ਜੋ ਇਹਦੇ 'ਚ ਤਾਂ ਨਹੀਂ ਪ੍ਰੋਬਲਮ ਮੋਟਰ ਜਾਂ ਹਾਈਡਰੋਲਿਕ 'ਚ। ਤੋ ਦੋਸਤੋ ਇਹ ਹਾਈਡਰੋਲਿਕ ਮੋਟਰ ਹੁੰਦੀ ਹੈ ਜਿਵੇਂ ਆਪਾਂ ਕਹਿ ਦਈਏ। ਅਤੇ ਹੁਣ ਆਪਾਂ ਇਹਨੂੰ ਕਨੈਕਸ਼ਨ ਕਰ ਦਿੱਤਾ ਇਨ ਆਊਟ ਦਾ ਅਤੇ ਵਾਪਸੀ ਵੀ ਨਾਲ ਹੀ ਲਗਾ ਦਿੱਤੀ ਆ। ਇੱਕ ਪਾਈਪ ਆਪਣੇ ਕੋਲ ਖਾਲੀ ਬਚੂਗੀ, ਉਹ ਆਪਣੇ ਕਿਸੇ ਵੀ ਚੀਜ਼ 'ਚ ਤੁਸੀਂ ਲਗਾ ਸਕਦੇ ਜਾਂ ਲੀਵਰ ਲਗਾਵਾਂਗੇ ਆਪਾਂ ਜੋ ਆਇਲ ਵੇਸਟ ਨਾ ਜਾਏ ਹਾਈਡਰੋਲਿਕ। ਅਤੇ ਜਦੋਂ ਆਪਾਂ ਲੀਵਰ ਲਗਾ ਕੇ ਚੈੱਕ ਕਰਨਾ ਤੁਹਾਨੂੰ ਵੀ ਦਿਖਾ ਰਹੇ ਹਾਂ ਇੱਕ ਸਾਈਡ ਤੋਂ ਮੋਟਰ ਆਪਣੀ ਜੋ ਵਰਕ ਕਰ ਰਹੀ ਹੈਗੀ। ਮੋਟਰ 'ਚ ਆਪਾਂ ਨੂੰ ਪ੍ਰੋਬਲਮ ਨਹੀਂ ਹੈਗੀ ਕੋਈ, ਪ੍ਰੋਬਲਮ ਹੈਗੀ ਆਪਣੀ ਬੈਂਚ ਮਸ਼ੀਨ 'ਚ। ਆਪਾਂ ਦੇਖਾਂਗੇ ਹੁਣ ਇਹਨੂੰ ਪੂਰਾ, ਇਹਦਾ ਜੋ ਗੇਅਰ ਬੋਕਸ ਵੀ ਹੁੰਦਾ ਉਹ ਵੀ ਆਪਾਂ ਖੋਲਾਂਗੇ ਸ਼ਾਇਦ ਇਹਦੇ ਗੇਅਰ ਬੋਕਸ 'ਚ ਪ੍ਰੋਬਲਮ ਹੋਵੇ। ਅਤੇ ਪਹਿਲਾਂ ਆਪਾਂ ਇਹਦੀ ਇੱਕ ਸਾਈਡ ਤੋਂ ਪਲੇਟ ਖੋਲਾਂਗੇ ਅਤੇ ਇਹਦੇ ਵਿੱਚ ਬੈਰਿੰਗ ਹੁੰਦੇ ਆ ਅਤੇ ਬੈਰਿੰਗ ਪਲੇਟ ਹੈ ਜੋ ਸਾਈਡ ਤੋਂ। ਤਾਂ ਇਹ ਹਰ ਇੱਕ ਮੈਂਚ 'ਚ ਇਸ ਤਰ੍ਹਾਂ ਸਿਸਟਮ ਨਹੀਂ ਹੁੰਦਾ, ਇਹ ਕੰਪਨੀ ਨੇ ਸਿਸਟਮ ਚੇਂਜ ਕਰਿਆ ਸੀ। ਜੋ ਪਹਿਲਾਂ ਮੈਂਚ ਮਸ਼ੀਨਾਂ ਆਉਂਦੀਆਂ ਨੇ ਤਾਂ ਉਹਦੇ ਸਿੰਗਲ ਸਾਈਡ ਪਲੇਟ ਹੁੰਦੀ ਇੱਕ ਸਾਈਡ ਹੀ, ਇਹ ਡਬਲ ਕਰਿਆ ਹੋਇਆ ਅਤੇ ਤਾਂ ਕਿ ਜੋ ਸਪੋਰਟ ਹੈ ਉਹ ਜ਼ਿਆਦਾ ਦਿੱਤੀ ਗਈ ਆ ਮਜ਼ਬੂਤੀ। ਤਾਂ ਆਪਾਂ ਨੇ ਜੋ ਇਹਦਾ ਇੱਕ ਸਾਈਡ ਤੋਂ ਵਾਇਰਿੰਗ ਪਲੇਟ ਆ ਕੱਢ ਦਿੱਤੀ ਆ ਅਤੇ ਉਸ ਤੋਂ ਬਾਅਦ ਆਪਾਂ ਜੋ ਰੇਲੀ ਦੀ ਪਲੇਟ ਹੁੰਦੀ ਆ 13 ਨੰਬਰ ਦੇ ਬੋਲਟ ਲੱਗੇ ਹੁੰਦੇ ਆ, ਆਹ ਤੁਸੀਂ ਦੇਖ ਸਕਦੇ ਹੋ ਵੀਡੀਓ ਸ਼ਾਇਦ ਸ਼ੋਰਟਕੱਟ ਹੋ ਗਈ ਵਿੱਚੋਂ। ਇਹਦੇ ਵਿੱਚ ਕੋਈ ਜ਼ਿਆਦਾ ਉਸ ਵਾਲੇ ਵਾਲੀ ਗੱਲ ਨਹੀਂ, ਤੁਸੀਂ 13 ਨੰਬਰ ਦੇ ਬੋਲਟ ਖੋਲ੍ਹਣੇ ਆ ਅਤੇ ਇਹਦੀ ਜੋ ਰੇਲੀ ਦਾ ਰੱਸੇ ਦਾ ਲੋਕ ਹੁੰਦਾ ਤਾਂ ਉਹ ਵੀ ਖੋਲ੍ਹ ਕੇ ਤੁਸੀਂ ਸਲਿੰਗ ਕਹਿ ਦਿੰਦੇ ਆਪਾਂ ਉਹਨੂੰ। ਅਤੇ ਉਸ ਤੋਂ ਬਾਅਦ ਇਹਦੇ 'ਚ ਐਲ ਕੀ ਬੋਲਟ ਹੁੰਦੇ ਆ 17 ਨੰਬਰ ਦੇ ਤਾਂ ਕਿ ਜੋ ਆਪਣੀ ਰੇਲੀ ਆ ਉਹ ਆਪਾਂ ਜੋ 17 ਨੰਬਰ ਦੇ ਐਲ ਕੀ ਬੋਲਟ ਲੱਗੇ ਹੋਏ ਨੇ ਤਾਂ ਉਹ ਆਪਣੇ ਖੋਲ੍ਹ ਲੈਣਾ, ਤੁਹਾਨੂੰ ਲਵੇ ਕਰਕੇ ਵੀ ਦਿਖਾ ਦਾਂਗੇ ਜ਼ੂਮ ਕਰਕੇ। ਤਾਂ ਇਹ ਨੇ ਆਪਣੇ 17 ਨੰਬਰ ਦੇ ਐਲ ਕੀ ਬੋਲਟ ਆ ਜੋ ਕਿ ਜ਼ਿਆਦਾ ਅੰਦਰ ਤੱਕ ਹੁੰਦੇ ਨੇ, ਇਹ ਗੇਅਰ ਬੋਕਸ ਦੇ ਨਾਲ ਜੋ ਅਸੈਂਬਲੀ ਨਾਲ ਕਨੈਕਟ ਹੈ। ਤਾਂ ਇਹ ਖੋਲ੍ਹਣ ਤੋਂ ਬਾਅਦ ਆਪਣੀ ਜੋ ਰੇਲੀ ਆ ਸਲਿੰਗ ਵਾਲੀ ਤਾਂ ਇਹ ਅਲੱਗ ਹੋ ਗਈ ਆ ਅਤੇ ਇਸਨੂੰ ਆਪਾਂ ਜੋ ਪਾਰਟ ਹੈ ਨੀਚੇ ਉਤਾਰਾਂਗੇ ਹੈਡਰ ਦੀ ਹੈਲਪ ਨਾਲ। ਤਾਂ ਹੈਡਰ ਅਸੀਂ ਆ ਜੋ ਪਾ ਲਏ ਨੇ ਤਾਂ ਹੁਣ ਇਹਨੂੰ ਆਪਾਂ ਨੀਚੇ ਉਤਾਰਾਂਗੇ। ਨੀਚੇ ਉਤਾਰ ਕੇ ਇੱਕ ਆਪਾਂ ਧਿਆਨ ਰੱਖਣਾ ਜੋ ਆਪਣੀ ਸਲਿੰਗ ਹੈ ਉਹ ਆਪਣਾ ਰੋਲ ਹੈ ਖੁੱਲ੍ਹਣਾ ਨਹੀਂ ਚਾਹੀਦਾ ਤਾਂ ਕਿ ਜੋ ਆਪਾਂ ਨੂੰ ਬਾਅਦ ਮੈਂ ਪ੍ਰੋਬਲਮ ਆਉਣੀ ਆ। ਤਾਂ ਜੋ ਸਲਿੰਗਾਂ ਨੀਚੇ ਕਰ ਲਾਂਗੇ ਸਾਰੀ ਰੇਲੀ।
दोस्तों अपने सलिंग रिलीवर नीचे रख दिती है तो हूँ आप जो गेयरबॉक्स है तो गेयरबॉक्स भी होंदा तो ये अपने प्लेटा भी होंगे ने जो ब्रेक करके रख दया ने बेंच न एक जगह तो हूँ आप खोलेंगे गेयर अपना नीचे ला लिया 17 नंबर एल की बोल्ट लगे होंगे ने 17 mm दे ते अपन नीचे उतार लिया। उस तो बाद अपन हूँ ये 2 10 नंबर के बोल्ट लगे होंगे ने ता कि जो इन जॉइंट करके रख देना तो हूँ अस 10 नंबर के बोल्ट खोल के फिर यदा जो असैम्बली है खोलेंगे तो एक पंच जरूर करेगा असी ता कि जेडे जॉइंट तो अच्छी खोली उ मिला के आप फिटिंग करा दोबारे तो 10 नंबर के दोनों बोल्ट खोलन तो बाद हम आप असैम्बली जो खोलेंगे ये जो अपना जॉइंट है हम अपने खोल लिया तो ये देख रहे हो तुम स्टार है जो टुट गए ने स्टार के जो गेयर डंडे ने गेयर वाले वो टुट गए ने तो उसकी वजह कारण ये अपना सीज होया हुआ बेंच मशीन जो ब्रेक हो गई सी तो डंडे जो टुट गए ने बिच फस गए स्टारा के तो इसलिए मोटर अपना काम कर रही थी जोर मार रही थी ता जो इतने प्रॉब्लम यदी वजह कारण वर्क नहीं कर रही थी बेंच मशीन आज बाकी अपने जो वायरिंग ने वो बिल्कुल सही ने प्लेटा भी सही ने प्लेटा भी कोई प्रॉब्लम नहीं प्लेटा प्रॉब्लम तो होगी जे अपनी कोई बेंच मशीन डाउन मार दी है एक जगह पर अपना वेट चक्या हो अपने फिर भी अपनी डाउन मार रही है थोड़ी थोड़ी मशीन तो हूँ आप जी स्टार असैम्बली है बिच वाली वो आप कढ़ांगे बाहर तो जो स्टार असैम्बली है सीज हो गई है बिच पूरी तरह फस गई है नंदे टुट के क्रैश होकर बिच पूरे फस गए ने तो ये करके अपन प्रॉब्लम आ रही है कढ़ने के सू किस तरह टुटे पे ने सारिया गरारियों के दंदे टुट गए ने उस तो बाद आप पिन्ना कढ़ांगे जो अपने गेयर ने उन्होंने पिन्ना कढ़ांगे आप गरारी दी अपने फिर जो छोटे गेयर ने तीनों बार फिर आने ये रोलर होंगे ये वायरिंग होंगे गरारी च ये पिन कढ के बाहर न इस तरह गरारियां ने जो बाहर आ जानियां इहदे विच जो रूले होंगे अपने सामभ के रखने आ वायरिंग वाले तो कि जो अपने सही होंगे इन्हें तो कोई प्रॉब्लम नहीं आई हुई छेती अपनी जो प्रॉब्लम होंगी दंदियां जी प्रॉब्लम आई हुई आ गेयर आ जो चेंज होणगे तो आप रोलर वायरिंग आप मौके पर ही जब आप इन्हों कढ़ते हैं तो पूरे कर लेने चाहिए आ हाँ कि बाद आपको कोई प्रॉब्लम ना आए फिटिंग नहीं हाँ दोस्तों जो अभी इन फुल फिटिंग करा नवे गेयर पा के तो अभी थोड़ा दसा अगे भी दंदे नवे किन्ने दंदे होंगे तो तीनों जड़ियाँ गरारियां ने अपने बाहर कढ़ लिया असैम्बली चो तो तीनों गरारियां एक बिच वाली साफ्ट जॉइंट वाली गेयर वाली तो ये अपना सैट है जो नवा पवेगा वायरिंग अपने बिल्कुल सही ने पलेटा अपन बिल्कुल सही ने तो इन्हें कोई प्रॉब्लम नहीं मोटर अपनी बिल्कुल सही है सिर्फ अपने ओनली गेयर ही चेंज होना कला तो ये करके अपन बेंच मशीन प्रॉब्लम आई सी आप जो गेयर है वो चेंज कर लेने गई हूँ अपना ब्रेक हो गया खत्म तो अपना नवे पार्ट है जो आ गए ने तो हूँ आप फिटिंग भी करनी है जोड़ा पुराना समान से अपने वाशिंग कर लिया तो जो स्टार अपने टुटे से गेयर टुटे सगा वो अपने नवा आ गया किट आ गई ये पूरी गेयर तुम देख ही लेने असं तो गेयर दिखाता तिने गेयर ने साफ्ट बिच वाली तो एक अपन नवी ओएल सील है वो भी आप चेंज करा।
ਨਵੀਂ ਪਾਉਣੀ ਆ, ਇਹਦਾ ਵੀ ਤੁਹਾਨੂੰ ਨੰਬਰ ਅਸੀਂ ਦੱਸਾਂਗੇ ਕਿੰਨੇ ਨੰਬਰ ਸੀਲ ਆ ਇਹ। ਅਤੇ ਤਕਰੀਬਨ ਜਿਹੜੀ ਸੀਲ ਆਪਣੀ 125, 150 ਅਤੇ ਬਟਾ 12। ਤਾਂ ਦੋਸਤੋ ਜਿਹੜਾ ਆਪਣਾ ਗੇਅਰ ਹੈ, ਗੇਅਰ ਦੇ ਦੰਦੇ ਨੇ 29, 12, 16। 29 ਦੰਦੇ ਹੈਗੇ ਆਪਣੇ ਗੇਅਰ ਦੇ ਬਾਹਰ ਵਾਲੇ ਆ ਗਰਾਰੀ ਦੇ, ਅਤੇ 12 ਇਹਦੇ, 16 ਦੂਏ ਝੀਰੀ, ਅਤੇ 29, 12, 16 ਦਾ ਆਪਣਾ ਸੈੱਟ ਹੈ ਦੰਦਿਆਂ ਦਾ। ਅਤੇ ਉਸ ਤੋਂ ਬਾਅਦ ਜਿਹੜੀ ਓਇਲ ਸੀਲ ਆਪਣੀ ਉਹ ਹੈਗੀ 125, 150 ਬਟਾ 12, 125, 150 ਬਟਾ 12, ਇਹ ਆਪਣੀ ਓਇਲ ਸੀਲ ਨੰਬਰ ਆ। ਅਤੇ ਹੁਣ ਆਪਾਂ ਇਹਦੀ ਫੁੱਲ ਫਿਟਿੰਗ ਕਰਾਂਗੇ। ਆਪਾਂ ਇਹਦੇ 'ਚ ਜੋ ਪਿੰਨਾਂ ਪਾ ਕੇ ਰੱਖੀਆਂ ਹੋਈਆਂ ਸੀ ਅਤੇ ਵਾਸ਼ਿੰਗ ਕਰਕੇ ਰੱਖਿਆ ਸੀ ਸਮਾਨ, ਤੋ ਗਰਾਰੀਆਂ ਨੇ ਆਪਾਂ ਗਰਾਰੀਆਂ 'ਚ ਪਹਿਲਾਂ ਆਪਾਂ ਰੂਲੇ ਵਾਸ਼ਿੰਗ ਕਰੇ ਹੋਏ ਸੀਗੇ, ਰੂਲੇ ਵੀ ਆਪਾਂ ਸਾਫ਼ ਕਰ ਲਏ ਵਾਇਰਿੰਗ ਵਾਲੇ। ਅਤੇ ਆਪਾਂ ਹੁਣ ਪਹਿਲਾਂ ਇਹਦੇ ਗਰਾਰੀ 'ਚ ਵਾਇਰਿੰਗ ਫਿੱਟ ਕਰਾਂਗੇ, ਕਿਵੇਂ ਕਰਨੇ ਨੇ ਤੁਹਾਨੂੰ ਦਿਖਾਉਂਦੇ ਹਾਂ। ਇਹ ਆਪਾਂ ਗਰੀਸ ਇਸ ਤਰ੍ਹਾਂ ਲਗਾਉਣਾ ਅੰਦਰ, ਅਤੇ ਗਰਾਰੀ 'ਚ ਗੇਅਰ ਦੇ ਵਿੱਚ ਗਰੀਸ ਲਗਾਉਣਾ, ਅਤੇ ਉਹਦੇ ਵਿੱਚ ਆਪਾਂ ਨੇ ਜੋ ਰੂਲੇ ਆ ਤੋ ਆਪਾਂ ਫਿਟਿੰਗ ਕਰਨੇ ਆ ਪ੍ਰੋਪਰ ਤਰੀਕੇ ਨਾਲ। ਤਾਂ ਇਹ ਗਰੀਸ ਦੀ ਹੈਲਪ ਨਾਲ ਇਹ ਆਪਣੇ ਰੂਲੇ ਨਾਲ ਜੋ ਆਪਣੀ ਜਗ੍ਹਾ 'ਤੇ ਸਹੀ ਰਹਿੰਦੇ ਨੇ, ਅਤੇ ਇੱਕ ਤਰ੍ਹਾਂ ਦਾ ਇਹ ਵਾਇਰਿੰਗ ਬਣ ਜਾਂਦਾ। ਤਾਂ ਇਹਦੇ 'ਚ ਤਕਰੀਬਨ 14 ਰੂਲੇ ਪੈਂਦੇ ਹੈਗੇ ਜੀ, ਅਗਰ ਤੁਸੀਂ ਦੇਖੋਗੇ ਇਹਦੇ 'ਚ 14 ਫਿਟਿੰਗ ਹੋਣਗੇ, 14 ਇੱਕ ਸਾਈਡ, 14 ਇੱਕ ਸਾਈਡ, ਟੋਟਲ 28 ਪੈਂਦੇ ਨੇ। 14 9 28, 28 ਰੂਲੇ ਇਹਦੇ 'ਚ ਪੈਂਦੇ ਨੇ। ਆਹ ਦੇਖੋ ਤੁਸੀਂ, ਹਾਫ ਹਾਫ ਪੈਂਦੇ ਨੇ, ਹਾਫ ਇੱਧਰ ਇੱਕ ਸਾਈਡ ਪੈਣਗੇ, ਹਾਫ ਇੱਕ ਸਾਈਡ, ਟੋਟਲ 28 ਰੂਲੇ ਇਹਦੇ 'ਚ ਪੈਣੇ ਨੇ। ਅਤੇ ਇਸ ਤਰ੍ਹਾਂ ਆਪਾਂ ਨੇ ਤਿੰਨੇ ਗਰਾਰੀਆਂ ਜੋ ਰੂਲੇ ਵਿੱਚ ਪਾ ਕੇ, ਅਤੇ ਹੈਗਾ ਜੀ ਤੁਸੀਂ ਦੇਖੋਗੇ ਥਰੈਸਟ ਬਸ ਲਾਉਣਾ, ਸੋਰੀ ਤੁਹਾਨੂੰ ਵੀਡੀਓ 'ਚ ਦਿਖਾ ਨਹੀਂ ਪਾਏ, ਅਸੀਂ ਫਿਰ ਆਪਾਂ ਇਹਦੇ 'ਚ ਪਾਉਣੀ ਆ। ਰੂਲੇ ਚਿਣ ਕੇ ਇੱਕ ਥਰੈਸਟ ਬਾਸਲ ਦੂਸਰੀ ਸਾਈਡ, ਇੱਕ ਦੂਸਰੀ ਸਾਈਡ, ਇਸ ਤਰ੍ਹਾਂ ਪਾ ਕੇ ਫਿਰ ਆਪਾਂ ਇਹਦੀ ਪਿੰਨ ਪਾਉਣੀ ਆ। ਅਤੇ ਹੁਣ ਆਪਾਂ ਇਹਨੂੰ ਪਿੰਨਾਂ ਪਾ ਕੇ ਆਪਣਾ ਕੰਪਲੀਟ ਹੋ ਗਿਆ। ਹੁਣ ਆਪਾਂ ਇਹਨੂੰ ਚੈੱਕ ਕਰਾਂਗੇ, ਜੋ ਆਪਣੇ ਹੋਜਿੰਗ ਆ ਗੇਅਰ ਦਾ ਰਿੰਗ ਆ ਉਹਦੇ ਵਿੱਚ ਆਪਾਂ ਬਿਠਾ ਕੇ ਇਹਨੂੰ ਆਪਾਂ ਵਰਕ ਕਰਵਾ ਕੇ ਚੈੱਕ ਕਰਾਂਗੇ ਇਹਦੀ ਪਲੇ ਵਗੈਰਾ। ਅਤੇ ਆਪਣਾ ਪ੍ਰੋਪਰ ਆਰਾਮ ਨਾਲ ਘੁੰਮਣਾ ਚਾਹੀਦਾ ਗੇਅਰ, ਅਤੇ ਇਹਦੇ 'ਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਕੋਈ ਦੰਦਾ ਟਾਈਟ ਨਹੀਂ ਹੋਣਾ ਚਾਹੀਦਾ। ਅਤੇ ਸਿਰਫ ਓਇਲ ਨਹੀਂ ਹੈਗਾ, ਇਸ ਤਰ੍ਹਾਂ ਇਹ ਕਰ ਰਿਹਾ ਹੈਗਾ, ਥੋੜ੍ਹਾ ਥੋੜ੍ਹਾ ਬ੍ਰੇਕ ਹੋ ਰਿਹਾ ਵਿੱਚ, ਅਤੇ ਓਇਲ ਦੇ ਨਾਲ ਇਹਦਾ ਸੈੱਟ ਹੋ ਜਾਣਾ ਦਿੰਦੇ ਹਨ। ਉਸ ਤੋਂ ਬਾਅਦ ਆਪਣਾ ਜੋ ਇਹਦਾ ਵਾਇਰਿੰਗ ਆ ਉਹ ਆਪਣੇ ਠੋਕ ਲੈਣਾ, ਇਹ ਪਿੰਨਾਂ ਦੇ ਉੱਪਰ ਵੀ ਹੋ ਜਾਂਦਾ, ਪਿੰਨਾਂ ਲੋਕ ਹੋ ਜਾਂਦੀਆਂ ਨੇ ਵਾਇਰਿੰਗ ਦੇ ਥੱਲੇ। ਉਸ ਤੋਂ ਬਾਅਦ ਇਹ ਜਿਹੜਾ ਰਿੰਗ ਅਸੀਂ ਠੋਕ ਰਹੇ ਹਾਂ, ਕੜਾ ਠੋਕ ਰਹੇ ਹਾਂ, ਇਹ ਆਪਣਾ ਓਇਲ ਸੀਲ ਵਾਲਾ, ਇਹ ਆਪਾਂ ਨੇ ਧਿਆਨ ਰੱਖਣਾ, ਆਪਾਂ ਨੂੰ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਤਾਂ ਕਿ ਜੋ ਆਪਣੀ ਓਇਲ ਸੀਲ ਉਹ ਲੀਕੇਜ ਨਾ ਕਰੇ। ਤਾਂ ਇਸ ਤਰ੍ਹਾਂ ਇਹਨੂੰ ਆਰਾਮ ਨਾਲ ਸੈਟਿੰਗ ਆਪਣੀ ਜਗ੍ਹਾ 'ਤੇ ਬਿਠਾਉਣਾ। ਤਾਂ ਆਪਾਂ ਨੇ ਇਹਦੀ ਸਾਫਟ ਰੱਖ ਕੇ ਇਹਦੇ ਉੱਪਰ ਪਲੇਟਾਂ ਨੇ ਦੇ ਉੱਪਰ, ਤਾਂ ਆਪਾਂ ਨੇ ਜੋ ਬਾਡੀ ਆ ਰੱਖ ਲਈ ਆ ਸਟਾਰ ਬਾਡੀ, ਅਤੇ ਇਸ ਤਰ੍ਹਾਂ ਰੱਖਣੀ ਆ। ਪਿੱਛੇ ਅਸੀਂ ਸਾਫਟ ਰੱਖ ਲਈ, ਸੋਰੀ ਵੀਡੀਓ ਸ਼ੋਰਟ ਹੋ ਗਈ, ਤੁਸੀਂ ਉਸ ਤਰ੍ਹਾਂ ਜੋ ਆਪਾਂ ਨੇ ਦੇਖੀ ਸੀਗੀ 16-12 ਵਾਲੀ ਉਹ ਸਾਫਟ ਵਿੱਚ ਰੱਖਣੀ ਆ। ਉਸ ਤੋਂ ਬਾਅਦ ਇਹਦੇ ਉੱਪਰ ਗੇਅਰ ਟਿਕਾ ਦੇਣਾ ਸਟਾਰ ਵਾਲਾ। ਅਤੇ ਹੁਣ ਆਪਾਂ ਇਹਦਾ ਜੋ ਡਰੰਮ ਹੈ, ਡਰੰਮ ਕਹਿ ਲਓ ਚਾਹੇ ਰਿੰਗ ਕਹਿ ਲਓ, ਆਪਾਂ ਉਹ ਬਿਠਾਉਣਾ। ਓਇਲ ਸੀਲ ਆਪਾਂ ਇੱਕ ਵਾਰ ਚੈੱਕ ਕਰ ਲੈਣੀ ਆ, ਇਹਦਾ ਸਾਈਜ਼ ਬਿਲਕੁਲ ਸਹੀ ਆ, ਆਪਾਂ ਫਿਟਿੰਗ ਕਰ ਦੇਣੀ ਆ ਡਰੰਮ ਦੇ ਵਿੱਚ। ਤਾਂ ਵੀਡੀਓ ਬਿਲਕੁਲ ਸਕਿੱਪ ਨਾ ਕਰਿਓ, ਇਕੱਲੀ ਇਕੱਲੀ ਫਿਟਿੰਗ ਹੈ ਜੋ ਤੁਹਾਨੂੰ ਸਹੀ ਤਰੀਕੇ ਨਾਲ ਦਿਖਾ ਰਹੇ ਹਾਂਗੇ, ਅਤੇ ਜ਼ਿਆਦਾ ਲੰਬੀ ਵੀ ਨਹੀਂ ਆਪਾਂ ਵੀਡੀਓ ਰੱਖਦੇ, ਤਾਂ ਕਿ ਜੋ ਬੋਰਿੰਗ ਦੇ ਆਪਾਂ ਨੂੰ ਕੋਈ ਆਪਾਂ ਨੂੰ ਅਹਿਸਾਸ ਨਾ ਹੋਵੇ, ਤਾਂ ਜੋ ਆਪਾਂ ਨੂੰ ਜੋ ਮੇਨ ਮੇਨ ਪੁਆਇੰਟ ਨੇ ਅਤੇ ਉਹ ਤੁਹਾਨੂੰ ਅਸੀਂ ਵੀਡੀਓ ਦੇ ਹਿਸਾਬ ਨਾਲ ਸਪੀਡ ਜੋ ਜੋ ਕਰੀ ਹੋਈ ਆ ਸਭ ਸਹੀ ਤਰ੍ਹਾਂ ਅਸੀਂ ਤੁਹਾਨੂੰ ਪ੍ਰੋਪਰ ਦਿਖਾ ਰਹੇ ਹਾਂਗੇ। ਤੁਸੀਂ ਇਹਨੂੰ ਥੋੜ੍ਹੀ ਥੋੜ੍ਹੀ ਆਣਾ ਬਾਉਂਡ ਲਗਾਉਣੀ ਆ, ਵੈਸੇ ਇਹਦੇ 'ਚ ਓਇਲ ਰਿੰਗ ਹੁੰਦਾ, ਅਤੇ ਇਸ ਨੂੰ ਬਰਾਬਰ ਬਿਲਕੁਲ ਸੁਰਾਖ ਸਿੱਧੇ ਰੱਖ ਕੇ ਫਿਰ ਅਸੀਂ ਇਹਨੂੰ ਬਿਠਾਉਣਾ। ਜਦੋਂ ਆਪਣੀ ਓਇਲ ਸੀਲ ਬਿਲਕੁਲ ਲਵੇ ਆ ਜਾਂਦੀ ਆ, ਤਾਂ ਇਹਨੂੰ ਆਪਾਂ ਪੇਚਕਾਰ ਦੀ ਹੈਲਪ ਨਾਲ ਜਾਂ ਨੁਕੀਲੀ ਚੀਜ਼ ਨਾਲ, ਤਾਂ ਸੀਲ ਨੂੰ ਆਪਣੀ ਜਗ੍ਹਾ 'ਤੇ ਕਵਰ ਕਰ ਦੇਣਾ, ਬਿਠਾ ਦੇਣਾ, ਤਾਂ ਆਰਾਮ ਨਾਲ ਕੋਈ ਆਪਣਾ ਸੀਲ ਕੱਟਣ ਦੀ ਪ੍ਰੋਬਲਮ ਨਾ ਆਵੇ। ਅਤੇ ਇਹਨੂੰ ਬਿਠਾ ਕੇ ਆਪਾਂ ਜੋ ਪੂਰਾ ਫੁੱਲ ਹੈ ਨਾਲ ਲਗਾ ਦੇਣਾ, ਪੂਰਾ ਇਸ ਨੂੰ ਬਿਠਾ ਦੇਣਾ।
उस तो बाद कई अपन ये फिटिंग कर दिता इनू 10 नंबर दो बस वैसे बोल्ट लग देंगे उस तो बाद 17 नंबर उपर लग देना। तो हूँ आप करा रिली है जो हाँ उस तो बाद आप पहला उस तो पहले आप जो मोटर है वो आप लगा दें। ये मोटर तो जूम करके दिखा रहे हैं भैया है। ये अपनी सही सी पहले सूँ एक लगे सूँ भी ये प्रॉब्लम आ तो हम आप रिंग जो है लगा देना वाल रिंग एना माउंट थोड़ी जी लगा के फेस से तो उस तो बाद आप मोटर है जो तो दोस्त पार्ट होंगे भारी ये बस वैसे कोई बड़ी गल नहीं मोटर तुम 5 बोल्ट होंगे तो 17 नंबर के मोटर लगा के अपनी जगह पर वायर जो ये गेयरबॉक्स जो भी आप पूरा कर दें मौके पर ये तुम देख रहे हो साइड ग्लास लगे हुए हैं लेबल वाले वो अपन पता लगता भी किन्ना वायर होंगे ये तकरीबन गई जी ये ला लो 3 लीटर 2.5 3 के करीब अपना वायर पै जाता 2.5 लीटर के करीब तो बस तुम बाकी लेवल के हिसाब न कर सकते उस तो बाद अपनी जो रीली है वो अपना उपर लगा देंगे फिटिंग कर देंगे जिमें आप पार्ट खोले थे ये कोई बड़ी गल नहीं उमें आप फिटिंग करने है ना जो अपनी मेन प्रॉब्लम से वो खत्म हो गई है गेयर बॉक्स आप चेंज कर दिता गेयर स्टार तो रीली लगाने बाद भी ये 17 नंबर थोड़ा मोटे एल की बोल्ट दिखाए थे तो 17 नंबर एल की वाले वो आप टायर कम तो बार प्लेट लगाती पेंच आप ट्राई कर रहे हैं तुम देख रहे हो वीडियो चेक कर रहे हैं अपना जो बिल्कुल है सही हो गई है पेंच मशीन प्रॉपर काम कर रही है जी तो हूँ यहाँ जो बाकी एक साइड पर दिता हो बैरिंग बैरिंग कप है जो साइड पर वो आप लगा देना तुम पहले इन पूरी तरह देख सकते हो पहले चेक कर रहे हैं असं इन प्रॉपर भी बिल्कुल सही काम कर रही हैगी उस तो बाद असी पेंच का कंप्लीट करने तो बाद देख रहे हैं असी वेट पा के इन चेक करा क्यों आए अपन वेट पा के अपन प्रॉपर पता लगेगा सिर्फ अपने बूम थोड़ा जहा उपर चुकावे पहला ताकि जो बिच कैबिन के नाल टच हो रहा तो रस्सा डाउन करा देंगे तो बूम उपर करके हूँ आप बेंच नाल चका देख सकते हो जो बेंच है वो सही वर्क कर रही है हूँ आप बेंच के नाल वेट चुका फिर अपन पता लगेगा तो देख सकते हो कि हैडर पिछों पूरी चक्की गई है टायर फ्री हो गए हैं तो बेंच है जो प्रॉपर काम कर रही है तो दोस्तों यहोजी होर वीडियो देखने लिए साडे चैनल सबसक्राइब कर लो तो नाल ही बैल आइकन प्रेस कर लो ते